ਹਨੇਰਾ ਤਿਆਰ ਖੜਿਆ ਸੀ, ਮੈਨੂੰ ਵੀ ਹਨੇਰਾ ਬਣਾਉਣ ਦੇ ਲਈ, ਪਰ ਮੈਂ ਵੀ ਜ਼ਿੱਦੀ ਸੀ ਜਿਸਨੇ ਰੁਸ਼ਨਾਈ ਦਾ ਪੱਲਾ ਨਹੀਂ ਛੱਡਿਆ। ਵਾਹ ਜੀ ਵਾਹ, ਬਹੁਤ ਖੂਬ। ਆਸਾ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਜਸਪ੍ਰੀਤ ਕੌਰ, ਪਲਕ ਮੈਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਕਵਿਤਾ ਕਥਾ ਕਾਰਵਾ ਮੰਚ ਨਾਲ ਦਿੱਤਾ ਹੈ। ਅੱਜ ਮੈਂ ਆਪਣਾ ਇੱਕ ਨਵੀਂ ਗੀਤ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਜਾਨ ਹਾਰ ਲਾ ਜਾਣਾ। ਇੱਕ ਗੱਲ ਹਿੰਦ ਵਾਸੀਓ, ਮਨ ਦੇ ਵਿੱਚ ਵਸਾ ਲੈ ਇੱਜ਼ਤ ਭਾਰਤ ਦੀ ਖਾਤਰ, ਜੀ ਲਾ ਜਾਣਾ ਇੱਜ਼ਤ ਭਾਰਤ ਦੀ ਖਾਤਰ, ਜਾਨ ਦੀ ਬਾਜੀ ਲਾ ਜਾਣਾ। ਬਹੁਤ ਸਹੀ ਹੈ। ਹਿੰਦ ਵਾਸੀਓ ਧੰਨਵਾਦ। ਅਸੀਂ ਸ਼ਾਨ ਵਧਾ ਕੇ ਦੇਸ਼ ਦਾ ਨਾ ਚਮਕਾ ਕੇ, ਭਾਰਤ ਦੀ ਅਸੀਂ ਸ਼ਾਨ ਵਧਾ ਕੇ ਦੇਸ਼ ਦਾ ਨਾ ਚਮਕਾ ਕੇ, ਚੰਦਰਮਾ ਨਾਲੋਂ ਵੀ ਹੋਰ ਅਸੀਂ ਹੈ ਅੱਗੇ ਜਾਣਾ, ਇੱਜ਼ਤ ਭਾਰਤ ਦੀ ਖਾਤਰ ਜਾਨ ਦੀ ਬਾਜੀ ਲਾ ਜਾਣਾ, ਇੱਜ਼ਤ ਭਾਰਤ ਦੀ ਖਾਤਰ ਜਾਨ ਦੀ ਬਾਜੀ ਲਾ ਜਾਣਾ। ਇੱਕ ਗੱਲ ਹਿੰਦ ਵਾਸੀਓ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਅਸੀਂ ਹਾਂ ਭਾਈ ਭਾਈ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਅਸੀਂ ਹਾਂ ਭਾਈ ਭਾਈ, ਲੜਨਾ ਨਹੀਂ ਜੇ ਕੋਈ ਚਾਹੇ ਚਾਹੇ ਆਪਸ ਵਿੱਚ ਸਾਨੂੰ, ਇੱਜ਼ਤ ਭਾਰਤ ਦੀ ਖਾਤਰ ਜਾਨ ਦੀ ਬਾਜੀ ਲਾ ਜਾਣਾ, ਇੱਜ਼ਤ ਭਾਰਤ ਦੀ ਖਾਤਰ ਜਾਨ ਦੀ ਬਾਜੀ ਲਾ ਜਾਣਾ। ਇੱਕ ਗੱਲ ਹਿੰਦ ਵਾਸੀਓ, ਮੰਦਰ ਮਸਤ ਗੁਰੂਦਵਾਰਾ ਗਿਰਜਾ ਘਰ ਹੈ ਹਮਾਰਾ, ਮੰਦਰ ਮਸਜਿਦ ਗੁਰੂਦਵਾਰਾ ਗਿਰਜਾ ਘਰ ਹੈ ਹਮਾਰਾ, ਹਰਜੀਤ ਰਲ ਕੇ ਅਸਾਨੇ, ਹਰਜੀਤ ਰਲ ਕੇ ਅਸਾਨੇ ਸਦਾ ਹੀ ਇਕੱਠਿਆ ਰਹਿਣਾ, ਇੱਜ਼ਤ ਭਾਰਤ ਦੀ ਖਾਤਰ ਜਾਨ ਦੀ ਬਾਜੀ ਲਾ ਜਾਣਾ, ਇੱਜ਼ਤ ਭਾਰਤ ਦੀ ਖਾਤਰ ਜਾਨ ਦੀ ਬਾਜੀ ਲਾ ਜਾਣਾ। ਇੱਕ ਗੱਲ ਹਿੰਦ ਵਾਸੀਓ, ਮਨ ਦੇ ਵਿੱਚ ਵਸਾ ਲੈਣਾ, ਇੱਜ਼ਤ ਭਾਰਤ ਦੀ ਖਾਤਰ ਜਾਨ ਦੀ ਬਾਜੀ ਲਾ ਜਾਣਾ, ਜਾਨ ਦੀ ਬਾਜੀ ਲਾ ਜਾਣਾ। ਵਾਹ ਜੀ ਵਾਹ, ਬਹੁਤ ਖੂਬ ਬਹੁਤ ਖੂਬ। ਹਾਂ ਜੀ, ਮੁਝੇ ਲੱਗ ਰਿਹਾ ਜਿਤਨੀ ਬੜੀ ਇਹ ਨਹੀਂ ਹੈ ਉਤਨੀ ਬੜੀ ਉਸ ਇਸਕੀ ਕਵਿਤਾ ਕਾ ਕਦ ਉਸਸੇ ਬੜਾ ਹੈ, ਤੋ ਬਹੁਤ ਬਹੁਤ ਮੁਬਾਰਕ ਹੈ। ਔਰ ਮੈਂ ਬਹੁਤ ਬਹੁਤ ਧੰਨਵਾਦ।